ਤੇ ਜਿਹੜਾ ਸਾਡਾ ਹੁਣ ਅੰਦਰੂਨੀ ਅੰਤਰੀਵੀ ਮਨ ਦਾ ਆਤਮਾ ਦਾ ਇਸ਼ਨਾਨ ਉਹ ਗੁਰੂ ਦੀ ਸੰਗਤ ਵਿੱਚ ਬੈਠਿਆ ਹੀ ਹੁੰਦਾ। ਸੋ ਮੈਂ ਪਹਿਲੀ ਬੇਨਤੀ ਕਰਾਂਗਾ ਭਾਈ ਜੋ ਵੀ ਮਾਈ ਭਾਈ ਸੱਜ ਬੈਠੇ ਹੋ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਜੀ ਆਇਆ। ਸੋ ਦੂਸਰੀ ਬੇਨਤੀ ਉਹਨਾਂ ਸੰਗਤਾਂ ਨੂੰ ਭਾਈ ਜਿਹੜੇ ਤੁਸੀਂ ਪਏ ਹੋ ਲੰਮੇ ਪਏ ਹੋ, ਕਿਉਂਕਿ ਕੋਸ਼ਿਸ਼ ਕਰੋ, ਦੇਖੋ ਆਪਾਂ ਰੋਜ਼ ਘਰਾਂ ਦੇ ਵਿੱਚ ਸੌਂਦੇ ਹਾਂ ਪੈਂਦੇ ਹਾਂ, ਅਤੇ ਜੇ ਇੱਥੇ ਆ ਕੇ ਵੀ ਪੈਣੇ ਹੈ ਸੌਣਾ ਹੀ ਹੈ ਤਾਂ ਫਿਰ ਫਾਇਦਾ ਕੀ ਹੋਇਆ ਸਾਡਾ ਹੁਣ। ਸੋ ਇਸ ਲਈ ਭਾਈ, ਕਿਉਂਕਿ ਗੁਰਬਾਣੀ ਦੇ ਫਰਮਾਨ ਹੈ ਇਹ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਇਹ ਬਖਸ਼ਿਸ਼ ਹੈ ਵੀ ਜਦੋਂ ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਹਜ਼ੂਰੀ 'ਚ ਬੈਠੇ ਹੈ, ਸ਼ਹਿਨਸ਼ਾਹ ਨੇ ਸਾਡੇ ਬਾਦਸ਼ਾਹ ਨੇ ਗੁਰੂ ਦੀ ਹਜ਼ੂਰੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸੰਦੂਲਗੜ੍ਹ ਦੇ ਵਿੱਚ ਜੋ ਆਪਣੀਆਂ ਮਹਾਨ ਸੇਵਾਵਾਂ ਨਿਭਾ ਰਹੇ ਨੇ, ਵਿਸ਼ੇਸ਼ ਤੌਰ 'ਤੇ ਆਮ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨ ਲਈ ਪਹੁੰਚੇ ਨੇ, ਸੋ ਆਓ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਕਿ ਸਟੇਜ 'ਤੇ ਆਉਣ। ਤਕਰੀਬਨ 9 ਵਜੇ ਤੱਕ ਦਾ ਉਹਨਾਂ ਦਾ ਸਮਾਂ ਹੈ, ਉਸ ਤੋਂ ਬਾਅਦ ਫਿਰ ਕਵੀਸਰੀ ਜਥੇ ਧਰਤੀ ਜਥੇ ਅਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਆਪ ਜੀ ਦੇ ਦਰਸ਼ਨ ਦਿਦਾਰੇ ਕਰਨਗੇ। ਆਪਾਂ ਇਸ ਸਮੇਂ ਦਾ ਲਾਹਾ ਲਈਏ, ਕਿਉਂਕਿ ਕੱਲ੍ਹ ਕੀ ਤਾਂ ਪਾਤਸ਼ਾਹ ਮਹਾਰਾਜ ਜੀ ਨੇ ਦੇਖੋ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ, ਅਤੇ ਖਾਲਸਾ ਪੰਥ ਦਾ ਆਪਾਂ ਸਾਜਨਾ ਦਿਵਸ ਬੜੀ ਚੜ੍ਹਦੀ ਕਲਾ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਮਨਾ ਰਹੇ ਹਾਂ। ਸੋ ਹੁਣ ਭਾਈ ਆਪਣੀ ਜੋ ਸਟੇਜ ਹੈ ਤਕਰੀਬਨ 12 ਵਜੇ ਤੱਕ ਚੱਲੇਗੀ, ਸੋ ਸਾਰੀਆਂ ਸੰਗਤਾਂ ਨੇ ਭਾਈ ਸ਼ਰਧਾ ਭਾਵਨਾ ਦਾ ਸਲੂਤ ਦੇਣਾ ਪ੍ਰੇਮ ਦਾ, ਕਿਉਂਕਿ ਇਹ ਮਾਰਗ ਹੀ ਪ੍ਰੇਮ ਦਾ ਹੈ ਅਤੇ ਪ੍ਰੇਮ ਦੇ ਮਾਰਗ 'ਤੇ ਚੱਲਣ ਲਈ ਫਿਰ ਥੋੜ੍ਹਾ ਕਸ਼ਟ ਉਠਾਉਣਾ ਪੈਂਦਾ। ਸੋ ਆਪਾਂ ਕੋਈ ਬਾਹਲਾ ਕਸ਼ਟ ਨਹੀਂ ਉਠਾਉਣਾ, ਹੁਣ ਆਪਾਂ ਕੇਵਲ ਸਾਵਧਾਨ ਹੋ ਕੇ ਬੈਠਣ ਦੇ ਕਸ਼ਟ ਉਠਾਉਣਾ। ਸੋ ਇਸ ਲਈ ਭਾਈ ਆਓ, ਹੁਣ ਬਹੁਤਾ ਸਮਾਂ ਮੈਂ ਨਾ ਲਵਾਂ। ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਸਟੇਜ 'ਤੇ ਪਹੁੰਚ ਚੁੱਕੇ ਨੇ, ਸੋ ਅਗਲੀਆਂ ਗੁਰਮਤ ਦੀਆਂ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨਗੇ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਅੱਗੇ
ਮਸਤਕ ਭਾਗ ਸੇਵ। ਸਾਰੀ ਸੰਗਤ ਕਿਰਪਾ ਕਰਿਓ, ਗੁਰ ਕੋ ਵਲ ਵਲ ਜਾਈਏ, ਐਸੇ ਗੁਰ ਕੋ ਵਲ ਵਲ ਜਾਈਏ, ਗੁਰ ਕੋ ਵਲ ਵਲ ਜਾਈਏ, ਐਸੇ ਗੁਰ ਕੋ ਵਲ ਵਲ ਜਾਈਏ, ਗੁਰ ਕੋ ਵਲ
ਕੇ ਜਿਉਂਦੇ ਨੇ ਤੇ ਸਦਾ ਹੀ ਜਿਉਂਦੇ ਨੇ। ਭੁੱਖ ਦੇ ਖਾਤਮ ਜਾਂ ਮਰਦੇ ਨਹੀਂ, ਆਪੋ ਸਤਨਾਮ ਸ੍ਰੀ ਵਾਹਿ, ਉਹਨਾਂ ਨੂੰ ਪ੍ਰਗਟ ਕਿਹਾ ਜਾਂਦਾ। ਪਰ ਪਾਤਸ਼ਾਹ ਜੀ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟ ਹੋਏ ਨੇ, ਸਭ ਗੁਰੂ ਨਾਨਕ ਪ੍ਰਗਟਿਆ ਮਿਟੇ ਤੁੰਦ ਜਦ ਚਾਨਣ ਹੋਆ। ਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟ ਹੋਏ ਨੇ, ਦੁਨੀਆਂ ਤੇ ਵਹਿਮਾਂ ਭਰਮਾਂ ਪਖੰਡਾਂ ਦੀ ਸ਼ਾਵਰ।
ਹੋਇਆ ਉਹ ਧੁੰਦ ਸੀ, ਉਹ ਧੁੰਦ ਸੀ ਵਹਿਮਾਂ ਭਰਮਾਂ ਪਖੰਡਾਂ ਦੀ, ਉਹ ਧੁੰਦ ਸੀ ਕਿਸੇ ਨੂੰ ਨੀਵਾਂ ਕਿਸੇ ਨੂੰ ਉੱਚਾ ਦੱਸਣ ਦੀ। ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਕਾਰਜ ਇਹ ਕੀਤਾ, ਨੀਵਿਆਂ ਨੂੰ ਉੱਚੇ ਚੁੱਕਣ ਦਾ ਕਾਰਜ ਕੀਤਾ। ਗਰੀਬ ਸਿੱਖਣ ਕੋ ਦੂਰ ਪਾਤਸ਼ਾਹੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਾਰਜ ਹੀ ਇਹ ਕੀਤਾ। ਦੁੱਖ ਰੋਗ ਕਾ ਡੇਰਾ ਭੰਨਾ, ਅੰਧ ਕਰੇ ਨਰ ਨਾਰੀ ਔਰ ਹਰ ਪ੍ਰਭ ਕੇ
ਵੀ ਬਚਾਉਣ ਦੀ ਲੋੜ ਪਈ ਤੇ ਗੁਰੂ ਅਰਜਨ ਦੇਵ ਜੀ ਨੇ ਫਿਰ ਨਾ ਨਹੀਂ ਕੀਤੀ। ਤੱਤੀ ਤਵੀ ਤੇ ਬਹਿ ਕੇ ਕਹਿ ਦਿੱਤਾ, ਤੇਰਾ ਪਿਆ ਮਿੱਠਾ ਲੱਗਦਾ ਪਰ ਨਾਮ ਪਦਾਰਥ ਨਾਨਕ ਮੰਗ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਕਿ ਤੱਤੀ ਤਵੀ ਤੇ ਬੈਠ ਕੇ ਵੀ ਗੱਲ ਨਹੀਂ ਬਣਦੀ, ਫਿਰ ਉਹਨਾਂ ਨੇ ਦੋ ਤਲਵਾਰਾਂ ਪਹਿਨੀ, ਰਾਜ ਤੇ ਸ਼ਕਤੀ ਨੂੰ ਇਕੱਠਾ ਕੀਤਾ, ਧਰਮ ਤੇ ਰਾਜਨੀਤੀ ਨੂੰ ਇਕੱਠਾ ਕੀਤਾ, ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਬਣਵਾਏ, ਕਲਗੀਆਂ ਸਿਰ ਤੇ ਲੱਗੀਆਂ,
ਮਾਰਿਆ ਨੂੰ ਉਹ ਤਵੀਆਂ ਉੱਤੇ ਬਹਿ ਕੇ ਪਾਣਾ ਮਿੱਠਾ ਕਹਿੰਦੇ ਨੇ।
ਸਿੱਖ ਸਤਿਗੁਰੂ ਕੇ ਪਿਆਰੇ ਹੋ, ਆਓ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਫਿਰ ਬਾਣੀ, ਜਿਨ ਕੋ ਨਜ਼ਰ ਕਰਨ ਹੋਏ ਹਿਰਦੇ ਬਿਨਾਂ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ,
ਸਾਹਿਬ ਦੇ ਉੱਤੇ ਪ੍ਰਵਾਨ ਹੋ ਜਾਂਦਾ। ਛੋਟੀ ਬੱਚੀ ਉਹ ਅਰਦਾਸ ਕਰਾ ਕੇ ਗਈ ਆ ਕਿ ਮੇਰੇ ਵੀਰ ਦਾ ਵੀ ਬਾਹਰ ਦਾ ਵੀਜ਼ਾ ਲੱਗ ਜਾਵੇ। ਖਾਲਸਾ ਜੀ, ਜਿਹੜੇ ਇਲਾਕੇ ਦੇ ਵਿੱਚ ਨੌਜਵਾਨ ਕੰਮ ਕਰਨ, ਉਹ ਇਲਾਕਾ ਖੁਸ਼ਹਾਲ ਹੋ ਜਾਂਦਾ, ਤੇ ਜਿੱਥੇ ਨੌਜਵਾਨ ਵਿਹਲੇ ਫਿਰਨ ਤੇ ਬਜ਼ੁਰਗ ਕੰਮ ਕਰਨ, ਉਹ ਇਲਾਕਾ ਚੰਗਾਲ ਹੋ ਜਾਂਦਾ। ਪਾਤਸ਼ਾਹ ਕਿਰਪਾ ਕਰੇ, ਨੌਜਵਾਨ
ਪਾਵੇ ਅੱਜ ਡੁੱਬਦੀ ਬੇੜੀ ਨੂੰ ਦਾਤੀ।
ਗੁਰਦੇ ਸਿੱਖਾਂ ਨੇ ਅਰਦਾਸ ਕੀਤੀ ਤੇ ਸੰਤਰੀ ਪ੍ਰਵਾਨ ਆਈ ਭਾਈ ਸ਼ਾਂਦੋ। ਸਤਿਗੁਰਾਂ ਨੇ ਆਖਿਆ ਭਾਈ ਸ਼ਾਂਦੋ ਜੀ, ਜਿਹੜਾ ਤੁਹਾਡੇ ਦਰਦੇ ਤੇ ਆਣ ਕੇ ਗੁਰਸਿੱਖਾ ਅਰਦਾਸ ਕਰੇਗਾ ਉਹਦੇ ਘਰ ਵਿੱਚ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ੇਗਾ। ਸਾਡੇ ਸਾਹਿਬਾ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ, ਜੇ ਸਦੇ ਸੁ ਪਾਵੇ ਸੰਤ ਜੀ ਪਰਮਾਤਮਾ ਦੇ ਘਰ ਵਿੱਚ ਤੇ ਭੰਡਾਰੇ ਭਰੇ ਪਏ ਦਾਤਾਂ ਦੇ ਤੇ ਸਾਨੂੰ ਹੀ ਬਖਸ਼ਣੀਆਂ ਪਾਤਸ਼ਾਹ ਨੇ। ਜਦੋਂ ਅਸੀਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਭਾਜੀ ਨੇ ਅਰਦਾਸ ਕਰਕੇ ਗਿਆ ਪੁੱਤਰ ਦੀ ਤੇ ਪਾਤਸ਼ਾਹ ਨੂੰ ਪੁੱਤਰ ਦੀ ਦਾਤ ਬਖਸ਼ੋ, ਇਹ ਗੁਰੂ ਦੇ ਚਰਨਾਂ ਚ ਅਰਦਾਸ। ਆਉ ਖਾਲਸਾ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਪੰਜਾਂ ਸਿੱਖਾਂ ਨੂੰ ਲੈ ਕੇ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਕੀਤੀ ਤਿਆਰੀ ਦਿੱਲੀ ਵੱਲ ਪੜਾਅ ਦਰ ਪੜਾਅ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਜਾਣ ਪਛਾਣ ਕਰਾਉਂਦੇ ਜਾ ਰਹੇ ਆ ਭਾਈ ਚੇਤੇ ਜੀ ਦੀ, ਕਿਉਂਕਿ ਵਾਪਸ ਵੀ ਆਉਣਾ ਵਾ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਾਰਾ ਹੀ ਪਤਾ ਸੀ ਭਾਈ ਚੇਤਾ ਜੀ ਦੀ ਜਾਣ ਪਛਾਣ ਕਰਾਉਂਦੇ ਜਾ ਰਹੇ ਆ ਪੜਾਅ ਦਰ ਪੜਾਅ ਸੰਗਤਾਂ ਦੇ ਨਾਲ। ਤੀਨ ਦੁਨੀਆਂ ਦੇ ਮਾਲਕ ਆਗਰੇ ਦੀ ਧਰਤੀ ਤੇ ਪਹੁੰਚ ਗਏ ਪੰਜਾਂ ਸਿੱਖਾਂ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਜੀ ਆਗਰੇ ਦੀ ਧਰਤੀ ਤੇ ਸ਼ਹਿਰੋਂ ਬਾਹਰ ਬਾਹਰ ਇੱਕ ਬਾਗ ਦੇ ਵਿੱਚ ਸਤਿਗੁਰਾਂ ਨੇ ਡੇਰਾ ਲਾ ਦਿੱਤਾ। ਸੰਗਤ ਜੀ, ਉਸ ਬਾਗ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਪੰਜਾਂ ਸਿੱਖਾਂ ਸਮੇਤ ਜਿਵੇਂ ਜਾ ਕੇ ਬੈਠੇ ਆ ਆਗਰੇ ਦੀ ਧਰਤੀ ਤੇ, ਉਸ ਵੇਲੇ ਦਾ ਸੀਨ ਤੁਸੀਂ ਸਿਪਾਹੀ ਜਸਾ ਸਿੰਘ ਮਨਿਆਲਾ ਸ਼ਾਨ ਸਿੰਘ ਤੇ ਭਜਨ ਸਿੰਘ ਸੰਤਰੀ ਜਿਹੜਾ ਸਾਡਾ ਤੀਸਰਾ ਸਾਥੀ ਨਾ ਭਜਨ ਸਿੰਘ ਆਗੂ ਬੋਲਦਾ ਸੀ ਜੀ ਮੈਂ ਪ੍ਰਚਾਰ ਕਰਦਾ ਸਾਂ, ਉਹ ਥੋੜੇ ਦਿਨ ਹੋ ਗਿਆ ਉਹ ਇੰਗਲੈਂਡ ਦੀ ਧਰਤੀ ਤੇ ਪਹੁੰਚ ਗਿਆ ਵਾ। ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਕਹਿੰਦਾ ਜਸਾਇਆ ਮੇਰਾ ਵੀਜ਼ਾ ਲੱਗ ਗਿਆ ਇੱਕ ਜੱਥੇ ਨਾਲ, ਮੈਂ ਜਾਵਾਂ। ਮੈਂ ਕਿਹਾ ਭਜਨ ਸਿੰਘ ਜਾ ਕਿੱਥੇ? ਨੱਕ ਨੱਥ ਹਸਣ ਨੱਥ ਤਿਲ ਤੱਕੇ ਤੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਤੇ ਸਾਰੀ ਅੰਜਲ ਦੀ ਖੇਡ ਆ। ਮੈਂ ਕਿਹਾ ਤੇਰਾ ਅੰਜਲ ਇੰਗਲੈਂਡ ਦੀ ਧਰਤੀ ਤੇ ਵਿਕਿਆ, ਤੇ ਜਾ ਕੇ ਛਕੋ ਸਾਡਾ ਨਾਲ ਦਾ ਸਾਡੀ ਤੀਸਰਾ ਉਹ ਇੰਗਲੈਂਡ ਦੀ ਧਰਤੀ ਤੇ ਆ ਤੇ ਅਸੀਂ ਵੀ ਸੰਗਤ ਜੀ ਰਹਿਣ ਤਾਂ ਹੋ ਜਾਣੀਆਂ ਥੋੜੇ ਚਿਰ ਤੱਕ, ਅਸੀਂ ਵੀ ਵਿਦੇਸ਼ ਕਰੀ ਜਾਣਾ, ਆਹ ਵੀ ਸਰਵਣ ਕਰੀਏ ਜਿਵੇਂ ਸਤਿਗੁਰਾਂ ਨੇ ਆਗਰੇ ਦੀ ਧਰਤੀ ਤੇ ਪੰਜਾਂ ਸਿੱਖਾਂ ਸਮੇਤ। ਆਓ ਖਾਲਸਾ ਜੀ, ਹੁਕਮ ਹੋ ਗਿਆ ਕਿ ਸਮਾਂ ਸਮਾਪਤ ਹੈ, ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਪਸਕਾਈ ਤੰਨੀ। ਅਸੀਂ ਕਹਿੰਦੇ ਸਮਾਂ ਬੀਤਦਾ ਜਾਂਦਾ ਨਹੀਂ ਹੈ, ਸੰਗਤ ਜੀ ਸਮਾਂ ਨਹੀਂ ਬੀਤਦਾ, ਬੰਦਾ ਬੀਤਦਾ ਜਾਂਦਾ ਸਮਾਂ ਦੇ ਉੱਤੇ ਉੱਤੇ। ਸੂਰਜ ਰੋਜ਼ ਨਵਾਂ, ਚੰਦਰਮਾ ਨਵਾਂ, ਹਵਾ ਨਵੀਂ। ਖਾਲਸਾ ਜੀ, ਖਾਂਦਿਆਂ ਖਾਂਦਿਆਂ ਬਹੁਤ ਝੂਠਾ ਪਹਿਨ ਲੈਂਦੇ ਆ ਸਭ ਰੰਗ, ਬੰਦੇ ਬੁੱਢੇ ਹੋ ਜਾਣਾ, ਦੰਦ ਹੀ ਟੁੱਟ ਜਾਣੇ, ਭੋਜਨ ਤੇ ਨਵੇਂ ਦਾ ਨਵਾਂ ਹੀ, ਕੱਪੜੇ ਤੇ ਨਵੇਂ ਦੇ ਨਵੇਂ ਆਮ ਹੀ ਬੁੱਢੇ ਹੁੰਦੇ ਜਾਂਦੇ ਆ। ਸਮਾਂ ਸਮਾਪਤ ਹੈ ਜੀ, ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦਾ, ਗੁਰੂ ਕੀ ਸੰਗਤ ਦਾ, ਮੈਨੇਜਰ ਸਾਹਿਬ ਦਾ ਤੇ ਅਨਚਾਰਜ ਸਾਹਿਬ ਦਾ, ਭਾਜੀ ਜਗਪਾਲ ਸਿੰਘ ਜੀ ਤੇ ਜਿੰਨਾ ਵੀ ਮੈਨੇਜਮੈਂਟ ਆ, ਮੇਰੇ ਸਰਕਾਰ ਜੋ ਗਿਆਨੀ ਤਰਸੇਮ ਸਿੰਘ ਜੀ ਪ੍ਰੀਤ ਆ, ਜਿਹਨਾਂ ਨੇ ਸਾਡੇ ਤੋਂ ਬਾਅਦ ਹਾਜ਼ਰੀ ਭਰਨੀ ਆ, ਉਹਨਾਂ ਵੱਲੋਂ ਸਤਿਕਾਰ, ਲੈ ਵਾਲੇ ਸੱਜਣਾਂ ਦਾ ਸਤਿਕਾਰ, ਜਿਹੜਾ ਆਪਣਾ ਸਾਰਾ ਵਿਸਾਖੀ ਦਾ ਜੋੜ ਮੇਲਾ ਟੈਲੀਕਾਸਟ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਭੇਜ ਰਹੇ ਆ। ਸੰਗਤ ਜੀ, ਵਿਗਿਆਨ ਨੇ ਬੜੀ ਤਰੱਕੀ ਕੀਤੀ, ਸਾਊਂਡ ਬਹੁਤ ਵਧੀਆ,
ਸੌਣ ਸੌਣ ਚੰਗਾ ਹੋਵੇ ਬੁਲਾਰੇ ਦੀ ਜਿੰਦ ਤੇ ਜਾਨ ਵੱਧ ਜਾਂਦੀ ਆ, ਸੌਣ ਮਾੜਾ ਹੋਵੇ ਤੇ ਸੰਗਤ ਦੀ ਬੁਲਾਰਾ ਪੂਰਾ ਜੋਸ਼ ਬਹੁਤ ਵਧੀਆ ਸੌਣ। ਬਹੁਤ ਬਹੁਤ ਧੰਨਵਾਦ ਜੀ ਸਤਿਗੁਰਾਂ ਦਾ, ਗੁਰਜੀਤ ਸਿੰਘ ਦਾ, ਮੇਰੇ ਛੋਟੇ ਵੀਰ ਪ੍ਰਚਾਰਕ ਸਾਹਿਬਾਨ ਦਾ, ਕਲੀਸ਼ ਭਾਈ ਜੱਸਾ ਸਿੰਘ ਮਨਿਆਲਾ, ਸ਼ਾਮ ਸਿੰਘ ਤੇ ਭਜਨ ਸਿੰਘ ਜ਼ਿਲ੍ਹਾ ਤਰਨ ਤਾਰਨ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸਾਰਿਆਂ, ਬੈਠ ਕੇ ਗੁਰੂ ਤੇ ਜਸ ਸਰਨ ਕਰਿਓ ਜੀ। ਅਗਲਾ ਪ੍ਰੋਗਰਾਮ ਸਤਿਗੁਰੂ ਛੋਟੇ ਵੀਰ ਜੀ ਆਪ ਜੀ ਸੰਧਿਆ ਬੋਲੇ ਸੋ ਨਿਹਾਲ। ਧੰਨਵਾਦ ਜੀ ਭਾਈ ਸਾਹਿਬ ਭਾਈ ਜੱਸਾ ਸਿੰਘ ਜੀ ਨੂੰ, ਜਿਹਨਾਂ ਦੇ ਜਥੇ ਨੇ ਚਰਨ ਪਾਏ ਤੇ ਉਸ
ਛੋਟੇ ਭਾਗਾਂ ਵਾਲਾ ਕੋਈ ਹੋ ਨਹੀਂ ਸਕਦਾ। ਸੋ ਇਹ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਭਾਈ। ਜਿੱਥੇ ਬਾਬਾ ਦੀਪ ਸਿੰਘ ਜੀ ਆਏ, ਐਡੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਆਏ ਹੋਣ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਏ ਹੋਣ ਤੇ ਆਪਾਂ ਨੂੰ ਉੱਥੇ ਬੈਠਣ ਦਾ ਸਮਾਂ ਮਿਲ ਜੇ ਤੇ ਬਹੁਤ ਵੱਡੇ ਭਾਗ। ਸੋ ਆਓ ਜੀ ਆਪਾਂ ਭਾਈ ਸਾਹਿਬ ਜੀ ਤੋਂ ਹਰਜਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।
ਫਰੀਦ ਸਾਹਿਬ ਕਹਿੰਦੇ ਪਰਮਾਤਮਾ ਦਾ ਹੈ ਗੁਰੂ ਗਰੀਬ
Thank you.
ਸਾਰੀਆਂ ਸੰਗਤਾਂ ਨੇ
ਭਾਈ ਤਰਸੇਮ ਸਿੰਘ ਜੀ ਪ੍ਰੀਤ ਦੁਗਾਲ, ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਇਹ ਢਾਡੇ ਵਾਰਾਂ ਦੀ ਪਰੰਪਰਾ ਜਿਹੜੀ ਸ਼ੁਰੂ ਕੀਤੀ। ਕਿਉਂਕਿ ਜਦੋਂ ਵੀ ਮਹਾਰਾਜ ਕਹਿੰਦੇ ਵੀ ਜਦੋਂ ਵੀ ਜੰਗ ਨੂੰ ਜਾਂਦੇ ਤੇ ਫਿਰ ਇਹ ਵਾਰਾਂ ਲਵਾਈਆਂ ਜਾਂਦੀਆਂ, ਢਾਡੇ ਜਥਾ ਗਾਉਂਦਾ ਤੇ ਜੋਸ਼ ਭਰਦਾ ਉਹਦੇ ਨਾਲ ਸੰਗਤਾਂ ਦੇ ਵਿੱਚ, ਗੁਰੂ ਕੇ ਸਿੱਖਾਂ ਦੇ ਵਿੱਚ। ਫਿਰ ਉਹ ਜੋਸ਼ ਦੇ ਨਾਲ ਦੁੱਗਣਾ ਤਿੱਗਣਾ ਹੋ ਕੇ ਉਹ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ, ਜੋਸ਼ ਦੇ ਨਾਲ ਲੜਦੇ। ਸੋ ਬਹੁਤ ਬਹੁਤ ਭਾਈ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਦੇ ਵਿੱਚ ਜੋਸ਼ ਭਰਿਆ। ਦੇਖੋ ਕਿੰਨੀ ਖੁਸ਼ੀ ਦੀ ਗੱਲ ਹੈ, ਇਹੋ ਜਿਹਾ ਜਕਾਰਾ ਕਿਸੇ ਕੋਲ ਨਹੀਂ ਹੋ। ਆਪਾਂ ਇੰਨੇ ਬੈਠੇ ਹੋ, ਇਹ ਜਿਹਾ ਗੁਰੂ ਕੇ ਬੋਲ ਬਾਲੇ, ਗੁਰੂ ਕੇ ਨਿਸ਼ਾਨ, ਗੁਰੂ ਕੇ ਜਕਾਰੇ ਤੁਸੀਂ ਤੁਲਨਾ ਕਰਕੇ ਦੇਖਿਆ ਕਰੋ, ਕੱਚੇ ਦਰ ਦੀ ਤੇ ਪੱਕੇ ਦਰ ਦੀ। ਵੀ ਹੈ ਨਾ ਪੱਕਾ ਦਰ ਗੁਰੂ ਦਾ, ਇਹ ਜੀ ਚੜ੍ਹਦੀ ਕਲਾ, ਇਹ ਜੇ ਸਥਾਨ, ਇਹ ਜਿਹੀਆਂ ਸੰਗਤਾਂ ਤੁਹਾਨੂੰ ਕਿਤੇ ਨਹੀਂ ਮਿਲਣਗੀਆਂ ਜਿਹੜੇ ਪੂਰੇ ਗੁਰੂ ਦੇ ਦਰ ਤੇ ਮਿਲਦੇ। ਸੋ ਆਓ ਭਾਈ ਵਿਚਕਾਰ ਦੇ ਭਾਈ ਸਾਹਿਬ ਜੀ ਨੇ, ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ, ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਮਹਾਰਾਜ ਇੱਕ ਅਰਦਾਸ ਹੈ, ਚੜ੍ਹਦੀ ਕਲਾ ਬਖਸ਼ਣ। ਕਿਉਂਕਿ ਮੈਂ ਇੱਕੋ ਗੱਲ, ਭਾਈ ਸਾਹਿਬ ਭਾਈ ਸੰਦੀਪ ਸਿੰਘ ਦੀ ਕਵਿਸਰੀ ਜਥਾ ਮਹਿਮਾ ਪੰਡੋਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਉਹਨਾਂ ਦਾ ਸਮਾਂ ਉਦੋਂ ਬਾਅਦ ਇਹ ਕੋਈ ਗੱਲ ਕਹਿਣੀ ਹੈ ਵੀ ਕਿਉਂਕਿ ਜਿਹੜੇ ਦੁੱਖ ਤਕਲੀਫਾਂ ਨੇ ਇਹ ਪੰਥ ਦੇ ਸ਼ੁਰੂ ਤੋਂ ਆਈਆਂ ਨੇ, ਆਉਂਦੀਆਂ ਰਹਿਣੀਆਂ। ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸਾਜਨਾ ਦਿਵਸ ਹੈ, ਸਾਜਨਾ, ਤੇ ਮਹਾਰਾਜ ਨੇ ਇਹਨੂੰ ਇਸ ਤਰ੍ਹਾਂ ਨਹੀਂ ਸਾਜਿਆ ਸੀ, ਤੇ ਇਸੇ ਤਰ੍ਹਾਂ ਸਟੇਜ ਲੱਗੇ ਮਹਾਰਾਜ ਨੇ ਹੱਥ ਦੇ ਵਿੱਚ ਤਲਵਾਰ ਫੜ ਕੇ, ਸ੍ਰੀ ਸਾਹਿਬ ਫੜ ਕੇ, ਨੰਗੀ ਤਲਵਾਰ ਫੜ ਕੇ ਫੇਰ ਕਿਹਾ ਸੀਗਾ ਵੀ ਸੀਸ ਚਾਹੀਦਾ ਸਾਨੂੰ ਸੀਸ, ਤੇ ਭਾਵ ਗੁਰੂ ਦੇ ਦਰ ਦੇ ਨਾਲ ਜੁੜਨਾ, ਅੰਮ੍ਰਿਤ ਛਕਣਾ, ਇਹ ਵੀ ਹੈ ਵੀ ਭਾਵ ਮਹਾਰਾਜ ਤੁਹਾਨੂੰ ਅਸੀਂ ਸੀਸ ਭੇਟ ਕਰਤਾ, ਇਹਨੂੰ ਜਿੱਥੇ ਮਰਜ਼ੀ ਪੰਥ ਨੂੰ ਲੋੜ ਪਵੇ ਅਸੀਂ ਦੇਣ ਲਈ ਨੂੰ ਹਾਜ਼ਰ ਹੈ। ਕਿਉਂਕਿ ਮਹਾਰਾਜ ਦੀ ਬਾਣੀ ਦੇ ਫਰਮਾਨ ਹੈ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਮੇਰੀ ਆਓ। ਮਹਾਰਾਜ ਆ ਝੂਠੇ ਇਹ ਧਾਰੀ ਪਖੰਡਿਆਂ ਵਾਂਗੂ ਤੁਹਾਨੂੰ ਲਾਲਚ ਨਹੀਂ ਦਿੰਦੇ ਵੀ ਲੈ ਮੇਰੇ ਦਰ ਤੇ ਆਉਣ ਲੱਗੇ, ਤੇਰਾ ਵੀਜ਼ਾ ਲੱਗ ਜਾਊ, ਤੇ ਰਾਹ ਹੋ ਜਾਊ, ਤੈਨੂੰ ਆਹ ਮਿਲ ਜਾਊ। ਨਾਲੇ ਮਹਾਰਾਜ ਨੇ ਇਹ ਵੀ ਕਿਹਾ ਵੀ ਹੈ ਸਾਰਾ ਕੁਝ, ਮਿਲਣਾ ਵੀ ਸਾਰਾ ਕੁਝ, ਪਰ ਤੈਨੂੰ ਝੂਠਾ ਲਾਲਚ ਦੇ ਕੇ ਤੇਰੇ ਧਰਮ ਨੂੰ ਪਰਿਵਰਤਨ ਨਹੀਂ ਕਰਾਉਂਦੇ ਅਸੀਂ, ਵੀ ਤੈਨੂੰ ਆਹ ਦੇ ਦਾਂਗੇ, ਤੇਰੇ ਭੂਤ ਕੱਢ ਦਾਂਗੇ, ਤੇਰੇ ਬੂਕ ਮਾਰ ਕੇ ਆਹ ਕਰ ਦਾਂਗੇ, ਤੇਰੇ ਰੁਮਾਲ ਲਾ ਕੇ ਆਹ ਕਰ ਦਾਂਗੇ, ਫੈਰ ਕਰ ਦਾਂਗੇ, ਆਹ ਕਰ ਦਾਂਗੇ। ਇਸ ਤਰ੍ਹਾਂ ਦੇ ਮਹਾਰਾਜ ਲਾਲਚ ਨਹੀਂ ਦਿੱਤੇ, ਮਹਾਰਾਜ ਨੇ ਤਾਂ ਸਪਸ਼ਟ ਸ੍ਰੀ ਸਾਹਿਬ ਫੜ ਕੇ ਕਿਹਾ ਵੀ ਜਿਹਨੇ ਆਉਣਾ ਹੈ ਤਾਂ ਉਹ ਸੀਸ ਭੇਟਾ ਕਰਕੇ ਫੇਰ ਆਇਓ ਗੁਰੂ ਦੇ ਦਰ। ਸੋ ਇਸ ਲਈ ਭਾਈ ਇਹ ਮਾਰਗ ਹੈ ਜਿਹੜਾ ਠੰਡੇ ਦੀ ਧਾਰ ਹੈ, ਬਾਲ ਦੇ ਨਾਲੋਂ ਬਰੀਕ ਹੈ। ਸੋ ਗੁਰੂ ਦੀ ਕਿਰਪਾ ਨਾਲ ਹੀ ਮਾਰਗ ਤੇ ਚੱਲਿਆ ਜਾਂਦਾ, ਦੁੱਖ ਤਕਲੀਫਾਂ ਆਉਂਦੀਆਂ। ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨਗੇ। ਸੋ ਸਾਰੀ ਸੰਗਤਾਂ ਦਾ ਧੰਨਵਾਦ ਹੈ ਜੀ। ਸੋ ਆਓ ਮੈਂ ਬਾਤਾਂ ਸਮਾਂ ਨਾ ਲਵਾਂ, ਬਹੁਤ ਸਤਿਕਾਰੀ ਜੋ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਮਹਿਮਾ ਭੰਡੋਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਕਵਿਸਰੀ ਜਥਾ ਆਪਣੇ ਕੋਲ ਪਹੁੰਚਿਆ ਹੈ, ਤਕਰੀਬਨ 11:30 ਤੱਕ ਇਹਨਾਂ ਦਾ ਸਮਾਂ ਹੈ। ਸੋ ਉਸ ਤੋਂ ਬਾਅਦ ਜਿਹੜੀ ਸਮੁੱਚੀ ਉਹ ਸਮਾਪਤੀ ਕੀਤੀ ਜਾਵੇਗੀ। ਸੋ ਸਾਰੀਆਂ ਸਿੱਖ ਸੰਗਤਾਂ ਨੇ ਭਾਈ ਇਸੇ ਤਰ੍ਹਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਜਿੰਨਾ ਵੀ ਸਮਾਂ ਹੈ, ਸੋ ਵੱਧ ਤੋਂ ਵੱਧ ਸਮਾਂ ਜਿਹੜਾ ਉਹ ਗੁਰੂ ਦਾ ਜਸ ਸਰਵਣ ਕਰਕੇ ਆਪਣੇ ਸਮਾਂ ਨੂੰ ਸਫਲ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ।
ਸਮੇਂ ਵਿੱਚ ਰਹਿ ਕੇ ਸੰਕੇਤ ਆਪ ਸੰਗਤ ਨੂੰ ਇਸ ਇਤਿਹਾਸ ਦੇ ਰਿਜ਼ਲਟ ਨਾਲ ਜੋੜ ਸਕਾਂ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਕਿਹੜੀ ਤਾਕਤ ਭਰੀ ਹੈ, ਇਹਦੇ ਉੱਤੇ ਸਵਾਲ ਅੱਜ ਵੀ ਬੜੇ ਲੋਕ ਕਰਦੇ ਨੇ ਤੇ ਉਦੋਂ ਤੋਂ ਵਿਰੋਧੀ ਕਰਦੇ ਆਏ ਨੇ, ਪਰ ਖਾਲਸੇ ਨੇ ਆਪਣੇ ਸਤਿਗੁਰਾਂ ਦੀ ਬਖਸ਼ਿਸ਼ ਸਦਾ ਚੜ੍ਹਦੀ ਕਲਾ ਦੇ ਵਿੱਚ ਇਸ ਸੰਸਾਰ ਦੇ ਸਾਹਮਣੇ ਪੇਸ਼ ਕੀਤੀ ਹੈ। ਲਾਹੌਰ ਦੀ ਧਰਤੀ ਦਾ ਮੈਂ ਜ਼ਿਕਰ ਕਰਨ ਲੱਗਾ ਜਿੱਥੇ ਅਹਿਮਦ ਸ਼ਾਹ ਅਬਦਾਲੀ ਆਪਣਾ ਡੇਰਾ ਲਾ ਕੇ ਬੈਠਾ, ਇਹ ਕਿਸੇ ਆਪਣੇ ਆਨੰਦ ਵਿੱਚ ਬੈਠਾ ਆਪਣੇ ਡੇਰੇ ਵਿੱਚ, ਤੇ ਸਾਹਮਣੇ ਇੱਕ ਦੀਵਾਰ ਹੈ, ਦੀਵਾਰ ਦੇ ਉੱਪਰ ਇੱਕ ਤਸਵੀਰ ਬਣੀ ਹੈ ਜਿਸ ਵਿੱਚ ਇੱਕ ਸ਼ੇਰ ਜੰਗਲ ਪਾਰ ਕਰ ਰਿਹਾ
ਬਹੁਤ ਸਾਰਾ ਖਜ਼ਾਨਾ, ਬਹੁਤ ਸਾਰੀਆਂ ਧੀਆਂ ਅਬਦਾਲੀ ਆਪਣੇ ਨਾਲ ਬੰਨ ਕੇ ਲੈ ਕੇ ਜਾ ਰਿਹਾ ਤੇ ਜਦੋਂ ਸਤਲੁਜ ਪਾਰ ਕੀਤਾ ਤੇ ਇਹਨਾਂ ਧੀਆਂ ਨੇ ਰੋੜਾਂ ਤੇ ਕਰਲਾਉਣਾ ਆਰੰਭ ਕਰ ਦਿੱਤਾ। ਮੈਂ ਸਤਿਆਰ ਦੇ ਪੰਨੇ ਪੜ੍ਹ ਰਿਹਾ ਤੇ ਵਿਦਵਾਨ ਨੇ ਬੜੇ ਸੁੰਦਰ ਬੋਲ ਲਿਖੇ ਨੇ। Thank you.